अस्सलाम वालेकुम दोस्तों, होर सुनाओ की हाल चाल है, कैसी हैं? तो भी मैं मैं सही तुहाडे नाल तरह दो जी। गल्लां शेयर करांगा। एक तो यह आ कि जिहड़ी हुण जेल पुलिस दे विच किन्नी सैलरी मैं तुहाडे लगेगी, नाल गल दूसरे शेयर नाल नंबर करांगा कि तुसीं इंटरव्यू किस तरह देना, की तरीकाकार होएगा। बड़े मुंडे सवाल करन डए ने जी, वो बिठा के लैणगे जां खड़े करके लैणगे, की तरीकाकार होएगा? असीं सलाम दुआ लवांगे कि नहीं लवांगे? खास खास तौर करके तो दा जेल खास पुलिस दा इंटरव्यू है ना, ਇਹਦੇ ਵਿੱਚ ਤੁਹਾਨੂੰ ਕੋਈ ਬੈਠਣ ਦਾ ਚਾਂਸ ਨਹੀਂ ਮਿਲੇਗਾ। ਕਿਉਂ? ਔਰ ਕਿਉਂਕਿ ਇਹ ਜਿਹੜਾ ਜੇਲ੍ਹ ਪੁਲਿਸ ਦਾ ਇੱਕ ਕਹਿੰਦੇ ਨੇ, ਮੁਲਾਜ਼ਮ ਹੋਏਗਾ, ਉਹ ਤੁਹਾਨੂੰ ਅੰਦਰ ਲੈ ਕੇ ਜਾਏਗਾ, ਤੁਹਾਡੀ ਬੈਕ ਸਾਈਡ ਤੇ ਖੜਾ ਰਹੇਗਾ। ਉਸ ਤੋਂ ਇਲਾਵਾ ਤੁਹਾਡੇ ਕੋਲ ਦੋ ਜਾਂ ਤਿੰਨ ਸਵਾਲ ਪੁੱਛੇ ਜਾਣਗੇ, ਉਹਨਾਂ ਦਾ ਤੁਸੀਂ ਸਕੂਨ ਨਾਲ ਜਵਾਬ ਦੇਣਾ ਤੇ ਆਪਣਾ ਬਾਹਰ ਆ ਜਾਣਾ। ਐ ਹੀ ਇਤਨਾ ਹੀ, ਬੜੀ ਤੁਹਾਡੇ ਕੋਲ ਜਿਹੜਾ ਬੜੀ ਹੈਗਾ ਨਾ, 1 ਮਿੰਟ ਜਾਂ 1.5 ਮਿੰਟ ਤੁਹਾਡਾ ਜਿਹੜਾ ਹੈਗਾ ਅੰਦਰ ਕਮਰੇ ਦੇ ਵਿੱਚ ਸਰਵ ਹੋਏਗਾ, ਇਸ ਤੋਂ ਜ਼ਿਆਦਾ ਨਹੀਂ ਹੋਏਗਾ। ਅਤੇ ਉਸ ਤੋਂ ਬਾਅਦ ਜਿਹੜਾ ਤਰੀਕਾਕਾਰ ਇਹਦਾ ਹੈ, ਇਹ ਹੋਈ ਹੁੰਦਾ ਹੈ। ਬਾਕੀ ਦੂਸਰੇ ਜਿਤਨੇ ਵੀ ਬੜੇ ਜਿਹੜੇ ਇੰਟਰਵਿਊ ਹੁੰਦੇ ਨੇ, PPSC ਦੇ ਹੁੰਦੇ ਨੇ ਜਾਂ ਲੈਕਚਰਾਰ ਦੇ ਜਿਤਨੇ ਵੀ ਹੁੰਦੇ, ਉਹ 'ਤੇ ਕਾਫੀ ਟਾਈਮ ਲੱਗਦਾ। ਠੀਕ ਹੈ, ਉਹ ਮਸਲ ਉਹਦੇ ਵਿੱਚ ਤੁਹਾਡੇ ਕੋਲ ਥਿਊਰੀ ਵੀ ਸਵਾਲ ਪੁੱਛੇ ਜਾਂਦੇ, ਪ੍ਰੈਕਟੀਕਲ ਵੀ ਸਵਾਲ ਪੁੱਛੇ ਜਾਂਦੇ ਨੇ। ਲੇਕਿਨ ਇਹ ਜਿਹੜਾ ਜੇਲ੍ਹ ਮਹਿਕਮੇ ਦਾ ਹੈਗਾ, ਸਰਵਿਸ ਸਕੇਲ ਦਾ ਸਾਰਾ ਜਿਹੜਾ ਇੰਟਰਵਿਊ ਹੈਗਾ, ਜਿਸ ਦੀ ਵਜ੍ਹਾ ਨਾਲ ਤੁਹਾਡੇ ਕੋਲ ਬੜਾ ਮੁਖਤਸਰ ਜੇ ਉਸ ਤੋਂ ਸਵਾਲ ਇਲਾਵਾ ਪੁੱਛੇ ਜਿਹੜਾ ਹੁਣ ਜਾਣਗੇ। ਸਤਵੇਂ ਸਕੇਲ ਤੇ ਜਿਹੜੀ ਤੁਹਾਡੀ ਵਰਤੀ ਹੋਏਗੀ, ਤੁਹਾਡੀ ਜਿਹੜੀ ਅਰਾਊਂਡ ਬੋਰਡ ਜਿਹੜੀ ਤੁਹਾਡੀ ਸੈਲਰੀ ਹੈ ਨਾ, ਉਹ 30,000 ਦੇ ਕਰੀਬ ਚਲੀ ਜਾਏਗੀ। 30,000 ਦੇ ਅਰਾਊਂਡ ਬੋਰਡ ਤੁਹਾਡੀ ਸੈਲਰੀ ਲੱਗੇਗੀ। ਔਰ ਉਸ ਤੋਂ ਇਲਾਵਾ ਜਿਹੜੇ ਜਿਨ੍ਹਾਂ ਦੀ ਡਿਊਟੀ ਹਾਈ ਸਿਕਿਉਰਿਟੀ ਦੇ ਵਿੱਚ, ਜਿਸ ਤਰ੍ਹਾਂ ਮੀਆਂਵਾਲੀ ਹਾਈ ਸਿਕਿਉਰਿਟੀ ਹੈ, ਸਾਹੀਵਾਲ ਹਾਈ ਸਿਕਿਉਰਿਟੀ ਡਿਊਟੀ ਜਿਨ੍ਹਾਂ ਦੀ ਲੱਗੇਗੀ ਜੇਲ੍ਹਾਂ ਦੇ ਉੱਤੇ, ਉਹਨਾਂ ਦਾ ਐਕਸਟਰਾ 4,000 ਰੁਪਇਆ ਅਲਾਉਂਸ ਹੁੰਦਾ ਹੈ, ਅਤੇ ਉਹ ਵੀ ਤੁਹਾਨੂੰ ਮਿਲੇਗਾ। ਇਸ ਕਰਕੇ ਤੁਹਾਡੀ ਸੈਲਰੀ ਜਿਹੜੀ ਉਹਦੇ ਵਿੱਚ ਐਕਸਟਰਾ 4,000 ਰੁਪਇਆ ਹਾਈ ਸਿਕਿਉਰਿਟੀ ਵਾਲਿਆਂ ਨੂੰ ਮਿਲੇਗਾ। ਉਮੀਦ ਹੈ ਕਿ ਇਹ ਜਿਹੜੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਓਕੇ, ਅੱਲਾ ਹਾਫਿਜ਼।